ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜੇ ਤੁਸੀਂ ਨੌਜਵਾਨ ਚਿਹਰੇ ਨੂੰ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਇਹਦਾ ਨਾਂ ਜੀ ਬਿੱਟੂ ਆ ਜੀ, ਬਿੱਟੂ ਸਿੰਘ, ਪਿੰਡ ਠੀਕਰੀ ਵਾਲਾ ਜੀ, ਬਰਨਾਲਾ ਜ਼ਿਲ੍ਹਾ ਵਾ, ਬਿਲਕੁਲ ਬਰਨਾਲੇ ਦੇ ਨੇੜੇ ਪੈਂਦਾ ਪਿੰਡ ਠੀਕਰੀ ਵਾਲਾ। ਉੱਥੋਂ ਇਹ ਵੀਰ ਨੂੰ ਸਾਡੇ ਕੋਲ ਲੈ ਕੇ ਆਏ ਨੇ। ਅੱਜ ਇਹਨਾਂ ਦੇ ਵੀਰ ਦੇ ਪਰਿਵਾਰ ਦੇ ਦੋ ਮੈਂਬਰ ਬਾਪੂ ਲਕਸ਼ਮਣ ਸਿੰਘ ਜੀ ਅਤੇ ਇਹ ਦਾਦਾ ਜੀ ਆ ਜੀ ਇਹਨਾਂ ਦੇ, ਅਤੇ ਇਹ ਭੋਲਾ ਸਿੰਘ ਜੀ ਇਹਨਾਂ ਦੇ ਫਾਦਰ ਸਾਹਿਬ ਆ, ਪਿਤਾ ਜੀ ਆ। ਯਾਨੀ ਕਿ ਦੋਨੇ ਪਿਓ ਪੁੱਤ ਇੱਥੇ ਸਾਡੇ ਕੋਲ ਪਹੁੰਚੇ ਆ। ਭੋਲਾ ਸਿੰਘ ਆਪਣੇ ਪੁੱਤ ਨੂੰ ਲੈ ਕੇ ਅਤੇ ਲਕਸ਼ਮਣ ਸਿੰਘ ਬਾਪੂ ਜੀ ਆਪਣੇ ਪੋਤੇ ਨੂੰ ਲੈ ਕੇ ਆਏ ਆ। ਦੁੱਖ ਦੀ ਗੱਲ ਇਹ ਆ ਵੀ ਇਹ ਵੀਰ, ਇਹ ਬੱਚਾ ਜਿਹੜਾ ਤੁਸੀਂ ਦੇਖਦੇ ਹੋ ਆਹ ਬੈਠੇ ਨੂੰ, ਆਹ ਕੱਪੜਾ ਜਿਹੜੇ ਉੱਪਰ ਲਏ ਨੂੰ, ਇਹ ਬੰਦਾ 10 ਸਾਲਾਂ ਤੋਂ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਆ। ਪਰਿਵਾਰ 9-10 ਸਾਲ ਦਾ ਸੀ ਬੱਚਾ, ਇਹ ਜਦੋਂ ਘਰੋਂ ਕੱਪੜੇ ਲਾਹ ਦਿੰਦਾ ਸੀ, ਨੰਗਾ ਸੜਕ 'ਤੇ ਭੱਜ ਲੈਂਦਾ ਸੀ, ਲਾਂਭੇ ਆਉਂਦੇ ਸੀ ਤਾਂ ਲੋਕ ਘਰੇ ਆ ਕੇ ਇਹਨਾਂ ਨੂੰ ਗਲਤ ਬੋਲਦੇ ਸੀ ਜਾਂ ਬੱਚੇ ਨੂੰ ਮਾਰਦੇ ਕੁੱਟਦੇ ਸੀਗੇ। ਅਖੀਰ ਨੂੰ ਭੋਲਾ ਸਿੰਘ ਜੀ ਕਹਿੰਦੇ ਵੀ ਸਾਨੂੰ ਇਹ ਮਜਬੂਰੀ ਵਸ਼ ਬੰਨ੍ਹਣਾ ਪਿਆ ਇਹਨੂੰ। ਕੋਈ 9-10 ਸਾਲ ਹੋ ਗਏ ਇਹਨੂੰ ਇਸ ਹਾਲਾਤ ਦੇ ਵਿੱਚ ਬੱਚੇ ਨੂੰ ਗਏ ਹੋਏ ਨੂੰ। ਇਕਲੌਤਾ ਪੁੱਤ ਆ ਭੋਲਾ ਸਿੰਘ ਜੀ ਦਾ, ਦੋ ਧੀਆਂ ਵਾ ਅਤੇ ਇੱਕ ਇਹ ਮੁੰਡਾ ਸੀਗਾ। ਧੀਆਂ ਤਾਂ ਇੱਕ ਤਾਂ ਵਿਆਹਤੀ ਆ, ਇੱਕ ਪੜ੍ਹਦੀ ਆ ਹਜੇ, ਅਤੇ ਇਹ ਵਿਚਾਰਾ ਸੰਗਾਂ ਨਾਲ ਬੰਨਿਆ ਹੋਇਆ ਘਰ ਦੇ ਵਿੱਚ। ਮਜ਼ਬੂਰੀ ਦੇਖੋ ਪਰਿਵਾਰ ਦੀ, ਇੱਕ ਤਾਂ ਗਰੀਬ ਪਰਿਵਾਰ ਆ, ਮਜ਼ਦੂਰ ਪਰਿਵਾਰ ਆ, ਦਿਹਾੜੀ ਮਜ਼ਦੂਰੀ ਕਰਨ ਵਾਲੇ ਆ ਦੋਨੇ ਬਾਪ ਬੇਟਾ। ਆ ਥੋੜ੍ਹਾ ਮੈਂ ਹੱਥ ਅੱਗੇ ਕਰ ਲੈਂਦਾ ਕਿਉਂਕਿ ਬਿਨਾਂ ਕੱਪੜਿਆਂ ਤੋਂ ਬੈਠਾ ਵੀਰ ਇੱਦਾਂ ਹੀ ਨੰਗਾ ਹੀ, ਯਾਨੀ ਕਿ ਹਰ ਟਾਈਮ ਇਹ ਕਮਰੇ ਦੇ ਵਿੱਚ ਬੈਠਾ ਰਹਿੰਦਾ, ਗਿੱਟੇ ਨੂੰ ਸੰਗਲ ਲੱਗਿਆ ਹੋਇਆ ਵਾ। ਜਦੋਂ ਨਿਭਾਉਂਦੇ ਆ ਵੀਰ ਦੱਸਦੇ ਵੀ ਗਿੱਟਾ ਬਦਲ ਦੇਈਦਾ, ਕਈ ਵਾਰੀ ਇੱਧਰਲੇ ਗਿੱਟੇ ਨੂੰ ਸੱਜੇ ਨੂੰ ਕਰ ਦੇਈਦਾ, ਕਿਤੇ ਖੱਬੇ ਵਾਲੇ ਪਾਸੇ ਕਰ ਦੇਈਦਾ, ਅਤੇ ਇੱਦਾਂ ਹੀ ਇਹ ਸੰਗਲ ਨਾਲ ਬੰਨ੍ਹ ਕੇ ਰੱਖਿਆ ਹੋਇਆ ਬਿੱਟੂ ਸਿੰਘ। ਅਤੇ ਇਹ ਵੀਰ ਦੇ ਹਾਲਾਤ ਆ ਜਿਹੜੇ, ਇਹ ਸਾਡੇ ਸਮਾਜ ਨੇ, ਸਾਡੇ ਸਿਸਟਮ ਨੇ ਇੱਦਾਂ ਦੇ ਹਾਲਾਤ ਪੈਦਾ ਕੀਤੇ ਆ, ਕਿਉਂਕਿ ਅਸੀਂ ਇੰਨਾ ਬੇਗੋਲਾ ਕਰ ਦਿੰਦੇ ਹਾਂ, ਅਸੀਂ ਇੰਨੇ ਅੱਜ ਕੱਲ੍ਹ ਆਪਦੇ ਆਪ ਦੇ ਵਿੱਚ ਹੋ ਗਏ ਹਾਂ ਵੀ ਅਸੀਂ ਕਿਸੇ ਦੀ ਮਦਦ ਕਰਕੇ ਰਾਜ਼ੀ ਨਹੀਂ ਹੈਗੇ। ਅਸੀਂ ਭਾਈ ਘਨੱਈਆ ਜੀ ਦੇ ਵਾਰਸ ਤੱਕ ਹੋਣੇ ਹਾਂ, ਅਸੀਂ ਉਹਨਾਂ ਦੀਆਂ ਬਸਤੀਆਂ 'ਤੇ ਤਾਂ ਫੁੱਲ ਚੜ੍ਹਾਏ ਹੁੰਦੇ ਜਾ ਕੇ, ਪਰ ਅਸੀਂ ਉਹਨਾਂ ਦੀ ਸੋਚ ਨੂੰ ਨਹੀਂ ਬਣਾਉਂਦੇ। ਅਸੀਂ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜੇ ਜਾ ਕੇ ਉੱਥੇ ਦਰਸ਼ਨ ਤਾਂ ਕਰੇ ਆਈਦੇ, ਉੱਥੇ ਜਾ ਕੇ ਕੱਪੜੇ ਵੀ ਦੇ ਆਉਂਦੇ ਹਾਂ, ਕੋਈ ਕੋਈ ਪੈਸੇ ਦੇ ਆਉਂਦਾ, ਕੋਈ ਕੁਛ ਦੇ ਆਉਂਦਾ, ਪਰ ਅਸੀਂ ਉਹਨਾਂ ਦੀ ਸੋਚ ਨੂੰ ਨਹੀਂ ਅਪਣਾਉਂਦੇ। ਇਹੀ ਇਸ ਗਰੀਬ ਪਰਿਵਾਰ ਦੇ ਨਾਲ ਹੋਇਆ। ਇਹਨਾਂ ਨੇ ਆਪਦੇ ਵੱਲੋਂ ਮੜੀਆਂ ਮਸਾਣਾਂ, ਬਾਬਿਆਂ ਦੇ, ਸਾਧਾਂ ਦੇ, ਡੇਰਿਆਂ ਦੇ, ਹਰ ਚੀਜ਼ ਹਰ ਪਾਸੇ ਭੱਜ ਕੇ ਦੇਖ ਲਿਆ, ਸਾਰਾ ਕੁਛ ਇਹਨਾਂ ਨੇ ਕਰਕੇ ਦੇਖਿਆ ਆਪਦੇ ਪੁੱਤ ਨੂੰ ਠੀਕ ਕਰਨ ਦੀ ਖਾਤਰ, ਜੋ ਇਹ ਕਰ ਸਕਦਾ ਸੀ ਇੱਕ ਗਰੀਬ ਪਰਿਵਾਰ। ਜਿੰਨੇ ਕੁ ਜੋਗੇ ਸੀਗੇ ਇਹਨਾਂ ਨੇ ਆਪਦੇ ਵੱਲੋਂ ਪੂਰੀ ਵਾਹ ਲਾਈ, ਅਤੇ ਸਿਆਣੇ ਨੇ ਵੀ, ਜਿਹੜੇ ਬਾਬਿਆਂ ਨੇ ਵੀ ਪੂਰੀ ਵਾਹ ਲਾ ਦਿੱਤੀ ਇਹਨੂੰ ਠੀਕ ਕਰਨ ਲਈ, ਦਾਅਵੇ ਵੀ ਕੀਤੇ, ਵਾਅਦੇ ਵੀ ਕੀਤੇ ਵੀ ਇੰਨੇ ਟਾਈਮ ਠੀਕ ਹੋ ਜੂ। ਕਿਹਾ ਹੋਊ ਭੋਲਾ ਸਿੰਘ ਜੀ ਬਾਬਿਆਂ ਨੇ ਕੀ ਕਹਿੰਦੇ ਸੀਗੇ? ਅੱਛਾ ਜੀ, ਕਹਿੰਦੇ ਕੀ ਯਾਰ ਕਸਰਾ ਕੋਈ, ਕਹਿੰਦੇ ਇਹਨੂੰ ਖਵਾਇਆ ਹੋਇਆ ਕੁਛ, ਤੁਹਾਡੇ ਘਰੇ ਕੁਛ ਦੱਬਿਆ ਹੋਇਆ, ਤੁਸੀਂ ਤੁਹਾਡੇ ਘਰੋਂ ਵੀ ਆ ਕੇ ਕੁਛ ਦੱਬਿਆ ਉਹਨਾਂ ਨੇ, ਕਹਿੰਦੇ ਘਰੇ ਕੀ ਲਿਆ ਕੁੰਡਿਆਂ ਦੀ ਘਰ ਆ ਕੇ, ਯਾਨੀ ਕਿ ਇੱਕ ਪਰਿਵਾਰ ਜਿਹਦੇ ਘਰ 'ਚ ਨੌਜਵਾਨ ਪੁੱਤ ਕਿਸੇ ਦਿਮਾਗੀ ਬਿਮਾਰੀ ਤੋਂ ਪੀੜਿਤ ਹੋ ਜਾਵੇ ਤਾਂ ਉਹਨੂੰ ਹੋਰ ਜ਼ਿਆਦਾ ਰੁਝਾਨ ਦੇ ਦੇਖੋ, ਉਹਦਾ ਇਲਾਜ ਕਰਾਉਣ ਦੀ ਬਜਾਏ ਪਰਿਵਾਰ ਵਾਲਿਆਂ ਨੂੰ ਹੋਰ ਪਾਸੇ ਨੂੰ ਲੈ ਜਾਂਦੇ, ਰਿਸ਼ਤੇਦਾਰ, ਦੋਸਤ, ਮਿੱਤਰ, ਸਾਕ ਸੰਬੰਧੀ ਉਹ ਦੱਸਾਂ ਪਾਈ ਜਾਂਦੇ ਜੀ ਉੱਥੇ ਬਠਿੰਡੇ ਬਾਪੂ ਆ ਭੂਤਾਲਾ ਜੀ, ਉੱਥੇ ਪਟਿਆਲੇ ਆ ਜੀ, ਇੱਕ ਇੱਥੇ ਇੱਕ ਮਾਤਾ ਜੀ, ਉਹ ਮਾਤਾ ਕੱਢਦੀ ਹੈ ਜੀ, ਉਹਦੇ 'ਚ ਮਾਤਾ ਆਉਂਦੀ ਆ, ਉਹ ਮੰਗਲਵਾਰ ਨੂੰ ਚੌਂਕੀ ਲਾਉਂਦੀ ਹੈ ਜੀ, ਉਹ ਬੁੱਧਵਾਰ ਨੂੰ ਉਹ ਲਾਉਂਦਾ ਜੀ, ਕੀ ਕਹੀਏ ਜੀ ਅਸੀਂ। ਅੱਜ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਕੀਤਾ ਸੀ, ਅੱਜ ਅਸੀਂ ਉਸ ਤੋਂ ਵੀ ਜ਼ਿਆਦਾ ਲੈਫਟ ਹੋ ਗਏ। ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਸਾਨੂੰ ਸਭ ਤੋਂ ਵੱਧ ਗੁਰੂ ਸਾਹਿਬ ਨੇ ਇਸੇ ਗੱਲ 'ਤੇ ਜ਼ੋਰ ਦਿੱਤਾ ਵੀ ਮੜੀਆਂ ਮਸਾਲਾਂ ਤੋਂ ਬਚਣਾ, ਭੂਤ ਪ੍ਰੇਤ ਕੋਈ ਵੀ ਮੂਰਤੀ ਪੂਜਾ ਨਹੀਂ ਕਰਨੀ, ਪਰ ਅਸੀਂ ਅੱਜ ਸਭ ਤੋਂ ਵੱਧ ਅਸੀਂ ਉਹ ਲੈਫਟ ਹੋਏ ਹੋਏ ਹਾਂ। ਇਹ ਵੀ 9-10 ਸਾਲਾਂ ਤੋਂ ਵਿਚਾਰਾ ਇਸ ਹਾਲਾਤ ਦੇ ਵਿੱਚ ਆ, ਚਾਹੇ ਕੁਛ ਘਰਦਿਆਂ ਦੀ ਗਲਤੀ, ਕੁਛ ਆਲੇ ਦੁਆਲੇ ਦੇ ਲੋਕਾਂ ਦੀ ਗਲਤੀ,
ਪਰਿਵਾਰ ਅਨਪੜ੍ਹ ਸੀ, ਬਾਪੂ ਵੀ ਨਹੀਂ ਪੜ੍ਹਿਆ ਲਿਖਿਆ, ਬਾਪ ਵੀ ਨਹੀਂ ਪੜ੍ਹਿਆ ਲਿਖਿਆ, ਅਤੇ ਜਿਵੇਂ ਲੋਕ ਕਹਿੰਦੇ ਸੀ ਆਪਦੇ ਵੱਲੇ ਉਹ ਕੋਸ਼ਿਸ਼ ਕਰਦੇ ਸੀ ਵੀ ਚਲੋ ਇਸ ਤਰੀਕੇ ਦੀ ਜਾਨ ਬਚ ਜਾਵੇ, ਠੀਕ ਹੋ ਜਾਵੇ। ਅੱਜ ਇਹ ਸਾਡੇ ਕੋਲ ਪਹੁੰਚਿਆ ਪਰਿਵਾਰ, ਅਤੇ ਤੁਹਾਨੂੰ ਬੇਨਤੀ ਆ ਵੀ ਹੁਣ ਗੁਰੂ ਸਾਹਿਬ ਦੀ ਲਾਜ ਰੱਖਣੀ, ਗੁਰੂ ਸਾਹਿਬ ਦਾ ਮਾਣ ਰੱਖਣਾ ਤੁਹਾਡੇ ਹੱਥ 'ਚ ਆ। ਇੱਕ ਤਾਂ ਇਸ ਬੱਚੇ ਦੀ ਖਾਤਰ ਪਲੀਜ਼ ਰਿਕੁਐਸਟ ਆ, ਸ਼ੇਅਰ ਕਰਿਓ ਵੀਡੀਓ ਨੂੰ ਤਾਂ ਜੋ ਹੋਰ ਭੈਣਾਂ ਭਰਾਵਾਂ ਤੱਕ ਪਹੁੰਚ ਸਕੇ, ਜੋ ਕੋਈ ਇਹਦੀ ਅਰਦਾਸ ਬੇਨਤੀ ਕਰ ਸਕੇ ਬੱਚੇ ਦੀ ਖਾਤਰ। ਅਤੇ ਤੁਹਾਨੂੰ ਬੇਨਤੀ ਹੈ ਵੀ ਇਸ ਬਿੱਟੂ ਸਿੰਘ ਦੇ ਵਾਸਤੇ ਠੀਕਰੀ ਵਾਲ ਪਿੰਡ ਜ਼ਿਲ੍ਹਾ ਬਰਨਾਲਾ 'ਚ ਇਹਦੇ ਵਾਸਤੇ ਅਰਦਾਸ ਤੁਸੀਂ ਕਰਿਓ ਜ਼ਰੂਰ ਆਪਦੇ ਵੱਲੋਂ ਵੀ ਇਹ ਠੀਕ ਹੋ ਕੇ ਇੱਕ ਚੰਗੀ ਜ਼ਿੰਦਗੀ ਜਿਉਂ ਸਕੇ, ਇੱਕ ਸਿਹਤ ਯਾਤਰੀ ਭਰੀ ਜ਼ਿੰਦਗੀ ਜਿਉਂ ਸਕੇ, ਅਤੇ ਸਾਡੇ ਸਮਾਜ ਨੂੰ ਇਸ ਗੱਲ ਦੀ ਸਮਝ ਆ ਸਕੇ ਵੀ ਇਹਨਾਂ 'ਚ ਭੂਤਾਂ ਨਹੀਂ ਹੈਗੀ, ਇਹਨਾਂ 'ਚ ਪ੍ਰੇਤਾਂ ਨਹੀਂ ਹੈਗੀ, ਇਹਨਾਂ 'ਚ ਕੋਈ ਕਸਰ ਨਹੀਂ ਹੈਗੀ, ਸਿਰਫ ਇੱਕ ਦਵਾਈ ਦੀ ਜ਼ਰੂਰਤ। ਇਹਦੇ ਮਾਤਾ ਜੀ ਵੀ ਮੈਂਟਲੀ ਠੀਕ ਨਹੀਂ ਸੀਗੇ, ਜਿਸ ਟਾਈਮ ਜਨਮ ਹੋਇਆ ਉਸ ਟਾਈਮ ਵੀ ਇਹਦੇ ਮਾਤਾ ਜੀ ਠੀਕ ਨਹੀਂ ਸੀ, ਹੁਣ ਵੀ ਇਹਦੇ ਮੰਮੀ ਜਿਹੜੇ ਹੈਗੇ ਆ ਥੋੜ੍ਹੇ ਜਿਹੇ ਕਿਤੇ ਨਾ ਕਿਤੇ ਦਿਮਾਗੀ ਤੌਰ 'ਤੇ ਪਰੇਸ਼ਾਨ ਨੇ। ਉਹੀ ਚੀਜ਼ ਵਿਰਾਸਤ ਦੇ ਵਿੱਚ ਬਾਪ ਮਾਂ ਤੋਂ ਬੇਟੇ ਨੂੰ ਮਿਲੀ ਆ, ਜਿੰਨੇ ਆਪਾਂ ਕਹਿੰਦੇ ਸ਼ੂਗਰ ਬੀ ਪੀ ਖੂਨ ਦੇ ਵਿੱਚ ਮਿਲ ਜਾਂਦਾ, ਉੱਦਾਂ ਹੀ ਇਹ ਦਿਮਾਗੀ ਪ੍ਰੋਬਲਮ ਵੀ ਬਲੱਡ ਦੇ ਵਿੱਚ ਮਿਲਦੀ ਹੈ। ਅੱਜ ਇਹ ਵੀਰ ਸਾਡੇ ਕੋਲ ਆਇਆ, ਦਵਾਈ ਸ਼ੁਰੂ ਕਰੀ ਆ, ਡਾਕਟਰ ਮਮਤਾ ਸਿੰਘ ਲਾਲ ਸੀ ਐੱਮ ਸੀ ਹੋਸਪਿਟਲ ਦੇ ਵਿੱਚ ਸਾਡੇ ਭੈਣ ਜੀ, ਉਹਨਾਂ ਨੂੰ ਅੱਜ ਚੈੱਕਅਪ ਕਰਾਇਆ ਇਹਦਾ ਵੀਰ ਦਾ, ਅਤੇ ਅੱਜ ਤੋਂ ਬਾਅਦ ਅਰਦਾਸ ਕਰਦੇ ਹਾਂ ਅਸੀਂ ਵਾਹਿਗੁਰੂ ਅੱਗੇ, ਇਹ ਪਰਿਵਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਚੰਗਲ ਨਹੀਂ ਕਰਨ ਦੀ ਲੋੜ, ਦਵਾਈ ਦੇਣੀ ਹੈ ਤੁਸੀਂ ਦਵਾਈ ਦਿਓ, ਦਵਾਈ ਇਹ ਖਾ ਲੈਂਦਾ ਜੀ ਖਾ ਲੈਂਦਾ ਨਾ, ਦਵਾਈ ਤੁਸੀਂ ਦਿਓ, ਦੋ ਟਾਈਮ ਤਿੰਨ ਟਾਈਮ ਦਵਾਈ ਦੇਵਾਂਗੇ, ਅਤੇ ਫਰਕ ਦੇਖੋ ਕਿੰਨਾ ਪਊਗਾ, ਵਾਹਿਗੁਰੂ ਕਿਰਪਾ ਕਰਨਗੇ ਸਾਡੇ ਪਾਤਸ਼ਾਹ ਕਰਨਗੇ, ਪਰ ਦਵਾਈ ਚਲਾਉਣਾ ਨਹੀਂ, ਦਵਾਈ ਚਾਹੇ 5 ਸਾਲ ਚੱਲੇ, ਚਾਹੇ 10 ਸਾਲ ਚੱਲੇ, ਚਾਹੇ 2 ਸਾਲ ਚੱਲੇ, ਦਵਾਈ ਬਿਲਕੁਲ ਫ੍ਰੀ ਮਿਲੂਗੀ। ਇਹਦੇ ਵਾਸਤੇ ਗੇੜਾ ਕੱਪੜਾ ਵੀ ਦੇਵਾਂਗੇ, ਇਹਦੇ ਫੋਨ ਮਾਰ ਕੇ ਠੀਕ ਹੈ ਜੀ, ਜਿੰਨੀ ਮਦਦ ਹੋ ਸਕੂ ਜੀ ਕਰਾਂਗੇ, ਪਰ ਦੇਖੋ ਜੇ ਸੰਗਲ ਨੂੰ ਜਾਣਾ ਤਾਂ ਕਿਹੜੀ ਦਵਾਈ ਨਹੀਂ ਲੈ ਸਕਦੇ, ਇਹ ਸਾਡੀ ਬੇਨਤੀ। ਅਤੇ ਠੀਕਰੀ ਵਾਲੇ ਪਿੰਡ ਦੇ ਵੀਰਾਂ ਨੂੰ ਵੀ ਬੇਨਤੀ ਆ, ਆਉਣ ਵਾਲੇ ਦੇ ਪਿੰਡਾਂ ਦੇ ਹੋਰ ਲੋਕਾਂ ਨੂੰ ਵੀ ਬੇਨਤੀ ਆ ਵੀ ਜੇ ਕੋਈ ਤੁਹਾਡੇ ਨੇੜੇ ਤੇੜੇ ਕੋਈ ਇੱਦਾਂ ਦਾ ਨੁਕਸਾਨ ਹੁੰਦਾ, ਪਲੀਜ਼ ਅਸੀਂ ਮਦਦ ਲਈ ਅੱਗੇ ਆਇਆ ਕਰੋ। ਇਹਨਾਂ ਨੂੰ ਪੈਸੇ ਨਹੀਂ ਲੱਗਣੇ, ਲੱਖਾਂ ਕਰੋੜਾਂ ਦਾ ਇਲਾਜ ਨਹੀਂ ਹੈਗਾ, 2000 ਰੁਪਏ ਦੀ ਮਹੀਨੇ ਦੀ ਦਵਾਈ ਆ ਵੱਧ ਤੋਂ ਵੱਧ, ਅਤੇ 2000 ਰੁਪਏ ਕੀ ਆ, ਕੁਛ ਵੀ ਨਹੀਂ, ਅਤੇ 2000 ਰੁਪਏ ਜੇ ਕਿਸੇ ਦਾ ਪੁੱਤ ਠੀਕ ਹੋ ਜੂਗਾ ਅਤੇ ਆਪਣੀ ਜ਼ਿੰਦਗੀ ਜਿਉਣ ਦੇ ਕਾਬਲ ਹੋ ਜੂਗਾ, ਅਤੇ ਆਪਾਂ ਕਿਉਂ ਨਹੀਂ ਕਰਦੇ ਕੰਮ, ਆਪਾਂ ਨੂੰ ਚਾਹੀਦਾ ਇੱਦਾਂ ਦੇ ਲੋਕਾਂ ਦਾ ਸਾਥ ਦੇਣਾ। ਤੁਹਾਡੇ ਨੇੜੇ ਤੇੜੇ ਵੀ ਕੋਈ ਇੱਦਾਂ ਦੇ ਹਾਲਾਤ ਨਾਲ ਜੂਝ ਰਿਹਾ ਪਰਿਵਾਰ ਹੋਵੇ ਤਾਂ ਸਾਡੇ ਨੰਬਰ 97-803-00-73, 82-848 ਅਤੇ 00-73, ਇਹਨਾਂ ਨੰਬਰਾਂ 'ਤੇ ਜ਼ਰੂਰ ਸੰਪਰਕ ਕਰਕੇ ਸਾਡੇ ਤੀਕਰ ਉਹਨਾਂ ਨੂੰ ਪਹੁੰਚਦੇ ਕਰੋ। ਅਗਲੀ 15 ਤਰੀਕ ਦਾ ਫਿਰ ਕੈਂਪ ਆ ਸਾਡੇ, ਅਤੇ 15 ਤਰੀਕ ਨੂੰ ਤੁਸੀਂ ਕੈਂਪ 'ਚ ਲੈ ਕੇ ਆਓ, ਆਪਾਂ ਉਹਨਾਂ ਦਾ ਇਲਾਜ ਕਰਵਾ ਸਕੀਏ, ਉਹਨਾਂ ਨੂੰ ਦਵਾਈ ਪਾ ਸਕੀਏ, ਅਤੇ ਉਹ ਇੱਕ ਠੀਕ ਹੋ ਕੇ ਇੱਕ ਚੰਗੀ ਜ਼ਿੰਦਗੀ ਹੈ ਜਿਹੜੀ ਬਸਰ ਕਰ ਸਕਣ। ਇੱਦਾਂ ਸੰਗੜਾਂ ਨਾਲ ਬੰਨ ਕੇ ਨਾ ਰੱਖਣਾ ਚਾਹੁੰਦਾ, ਮਾਂ ਬਾਪ ਨੂੰ ਆਪਦੇ ਇਕਲੌਤੇ ਪੁੱਤ ਅਤੇ ਆਪਣੀਆਂ ਧੀਆਂ, ਆਪਣੇ ਮਾਵਾਂ ਨੂੰ, ਆਪਣੀਆਂ ਬਜ਼ੁਰਗਾਂ ਨੂੰ, ਆਪਣੇ ਬਾਪ ਨੂੰ, ਇੱਦਾਂ ਦੇ ਸਾਡੇ ਕੋਲ ਕੇਸ ਆਉਂਦੇ ਨੇ ਜਿਹੜੇ ਜਿਹਨੇ ਕਿੰਨੀ ਤਕਲੀਫ ਇਹਦੇ ਵਿੱਚ ਨੇ ਪਰਿਵਾਰ, ਕਿਸੇ ਨੇ ਆਪਣੇ ਬਾਪ ਨੂੰ ਸੰਗਾਂ ਨਾਲ ਬੰਨਿਆ ਹੋਇਆ, ਕਿਸੇ ਨੇ ਆਪਣੀ ਧੀ ਨੂੰ, ਕਿਸੇ ਨੇ ਆਪਣੀ ਮਾਂ ਨੂੰ, ਅਤੇ ਕਿਸੇ ਨੇ ਕਮਰੇ 'ਚ ਬੰਦ ਕਰਕੇ ਰੱਖਿਆ ਹੋਇਆ, ਕੋਈ ਆਪਣਾ ਹੀ ਮਨ ਮੂਤਰ ਕਰ ਲਈ ਹੋਈ ਹੋਊਗਾ। ਸਿਰਫ ਕੀ ਆ ਵੀ ਇੱਕ ਲੋਕਾਂ ਨੇ ਸਿਆਣਪ ਸਾਧਾ ਦੇ ਝੂਠੇ ਭਲੇ ਸਿਆਣੇ ਸਾਨੂੰ ਇਸ ਗੱਲ ਬਿਮਾਰ ਕਰਤਾ ਦਿਮਾਗੀ ਤੌਰ 'ਤੇ, ਵੀ ਤਦ ਤਦ 20-20 ਸਾਲ 25-25 ਸਾਲ ਅਸੀਂ ਆਪਦਿਆਂ ਦਾ ਕਮਰਿਆਂ 'ਚ ਬੰਦ ਕਰਕੇ ਡੱਕੀ ਰੱਖਦੇ। ਸਾਡੀ ਬੇਨਤੀ ਹੈ ਫਿਰ ਇੱਕ ਵਾਰ ਜੇ ਵੀਡੀਓ ਨੂੰ ਸ਼ੇਅਰ ਕਰਿਓ, ਇਸ ਵੀਰ ਵਾਸਤੇ ਅਰਦਾਸ ਕਰਿਓ, ਬਿੱਟੂ ਸਿੰਘ ਵਾਸਤੇ, ਅਤੇ ਠੀਕਰੀਵਾਲ ਪਿੰਡ ਦੇ ਵੀਰਾਂ ਨੂੰ ਬੇਨਤੀ ਆ ਵੀ ਆਪਦੇ ਪਿੰਡ 'ਚ ਜ਼ਰੂਰ ਝਾਤ ਮਾਰਿਆ ਕਰੋ। ਉਸ ਏਰੀਏ ਦੇ ਵੀਰ ਜਿਹੜੇ NRI ਬਾਹਰ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜੇ ਉਹ ਵੀਰ ਪਿੰਡ ਦੇ ਇਸ ਨੌਜਵਾਨ ਦੀ ਮਦਦ ਕਰ ਦਿੰਦੇ ਤਾਂ ਇਹ ਵੀਰ ਨੂੰ ਆਹ ਹਾਲਾਤ ਨਾ ਦਿੰਦੇ। ਹੁਣ ਵੀ ਤੁਸੀਂ ਆਪਣੇ ਪਿੰਡ 'ਚ ਜ਼ਰੂਰ ਝਾਤ ਮਾਰਿਆ ਕਰੋ, ਕਿਸੇ ਡੇਰਿਆਂ 'ਤੇ ਬਾਬਿਆਂ 'ਤੇ ਜਾਂ ਸੰਸਥਾਵਾਂ ਨੂੰ ਸਾਡੇ ਵਰਗੀਆਂ ਨੂੰ ਪੈਕਟ ਦੇਣ ਦੀ ਬਜਾਏ ਆਪਦੇ ਪਿੰਡ ਦੇ ਵਿੱਚ ਮਦਦ ਕਰਿਆ ਕਰੋ ਨੌਜਵਾਨ ਬੰਦੇ ਦੀ ਜਿਹੜਾ ਇਸ ਹਾਲਾਤ ਦੇ ਵਿੱਚ ਪਰਿਵਾਰ ਜੂਝ ਰਿਹਾ ਉਹਨਾਂ ਦੇ ਪਰਿਵਾਰ ਦੀ। ਜਿੰਨੀਆਂ ਕਿ ਸਾਡੀਆਂ ਬੇਨਤੀਆਂ ਅਤੇ ਇੰਨੀਆਂ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਅਤੇ ਵਾਹਿਗੁਰੂ ਕਿਰਪਾ ਕਰਨ ਤੁਹਾਡੇ 'ਤੇ ਵੀ ਸੱਚੇ ਪਾਤਸ਼ਾਹ ਮਿਹਰ ਕਰਨ। ਅੱਜ 1 ਜੂਨ 2019 ਦੇ ਵਿੱਚ ਅਸੀਂ ਇਹ ਜਿਹੜੀ ਵੀਰ ਦੀ ਵੀਡੀਓ ਤੁਹਾਨੂੰ ਤੁਹਾਡੇ ਸਾਹਮਣੇ ਲੈ ਕੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।